नमस्कार। जो डर गया समझो जी गया। जी हाँ, अगर जीना है तो कोरोना से डरो। यार इस कोरोना महामारी दे दौर च प्लीज स्टे होम। ये सानू कोई जरूरी काम नहीं है तो प्लीज बाहर ना जाओ। प्लीज स्टे होम स्टे सेफ। गवर्नमेंट दियां भारत सरकार दियां पंजाब सरकार दियां हदायतां दे मुताबिक घरां दे विच रहण। स्टे होम बी सेफ। घरां दे विच बैठे रहिए, सरकार नूं सहयोग करिए और अपने आप नूं सेफ रखिए। सो प्लीज करे रो, पुलिस दा कहना मन्नो, कर्फ्यू ना तोड़ो। अपना ख्याल रखें, सेफ रहें, बी एट होम। सो मैं सारिया नूं अंत दे विच बेनती करनी चाहना कि आपां सेफ रहिए, आपां अपने आप नूं बचा के रखिए, क्योंकि बड़ी भयानक घड़ी है और ये वो दुश्मन है जिहड़ा दुश्मन सानूं दिसदा नहीं है परंतु साडा बहुत वड्डा दुश्मन है। स्टे होम स्टे सेफ। प्लीज स्टे होम स्टे सेफ। लॉकडाउन है तो लॉकडाउन है, इसे पॉजिटिवली ली। द NRI टीवी दा बहुत वधिया उपराला है। इस दौर दे विच अपने माध्यम दे राही लोकां दी सेवा कर रहे जे, इहदे वास्ते मैं तुहाडी समुची टीम दा बहुत बहुत धन्नवाद करदा। आई रियली रियली वांट टू थैंक द टीम टीवी NRI चैनल हु आर वर्किंग डे एंड नाइट टू गेट द राइट न्यूज टू ऑल ऑफ अस। ते NRI टीवी वल्लों ਤੁਹਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਪਛਾਣਿਕ ਉਪਰਾਲਾ ਕੀਤਾ ਜਾ ਰਿਹਾ। ਸੋ NRI ਚੈਨਲ ਵੀ ਪਿੱਛੇ ਨਹੀਂ, ਉਹਨਾਂ ਨੇ ਪੂਰੇ ਆਪਣੇ ਤਨ ਮਨ ਧਨ ਦੇ ਨਾਲ ਇਨਸਾਨੀਅਤ ਨੂੰ ਬਚਾਉਣ ਦਾ ਇੱਕ ਮਿਸ਼ਨ ਬਣਾਇਆ ਔਰ ਇਸ ਮਿਸ਼ਨ ਦੇ ਵਿੱਚ NRI ਚੈਨਲ ਦੇ ਤਮਾਮ ਐਂਕਰਸ, ਤਮਾਮ ਰਿਪੋਰਟਰਸ ਜਿਹੜੇ ਗਰਾਊਂਡ 'ਤੇ ਜਾ ਕੇ ਸਾਰੀ ਰਿਪੋਰਟਿੰਗ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਜ਼ਰੂਰਤਮੰਦ ਔਰ ਜਿਹੜੇ ਲੋਕ ਮਦਦ ਕਰ ਰਹੇ ਨੇ ਉਹਨਾਂ ਨੂੰ ਆਪਸ 'ਚ ਕਨੈਕਟ ਕਰਾਇਆ ਜਾਏ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਔਖੀ ਘੜੀ ਨੂੰ ਪਾਰ ਪਾਇਆ ਜਾਵੇ। ਸੋ ਮੇਰੇ ਵੱਲੋਂ NRI ਚੈਨਲ ਨੂੰ, ਉਹਨਾਂ ਦੇ ਰਿਪੋਰਟਰਸ ਨੂੰ, ਉਹਨਾਂ ਦੇ ਕਰਿੰਦਿਆਂ ਨੂੰ, ਉਹਨਾਂ ਦੇ ਸਾਰੀ ਫੈਮਿਲੀ ਨੂੰ ਆਲ ਦਾ ਬੈਸਟ। ਪੂਰਾ ਸਮਾਜ ਤੁਹਾਡੇ ਨਾਲ ਹੈ, ਤੁਸੀਂ ਸਮਾਜ ਦੀ ਸੇਵਾ ਕਰ। NRI ਕੀ ਤਰਫ ਸੇ ਯੇ ਅੱਛਾ ਉਪਰਾਲਾ ਹੈ ਔਰ ਯੇ NRI ਟੀਵੀ ਕੀ ਵਜਹ ਸੇ ਇੱਕ ਮੁਹਿੰਮ ਹੈ ਆਪ ਸਭ ਕੇ ਲੀਏ, ਤਾਕਿ ਆਪ ਯੇ ਮੁਸ਼ਕਿਲ ਵਕਤ ਸੇ ਜਲਦ ਉਭਰੀਏ ਵਿਦ ਪੋਜ਼ਿਟਿਵ ਮਾਈਂਡ। ਔਰ NRI ਟੀਮ ਜਿਹਨੇ ਵਰਕ ਕਰ ਰਹੀ ਹੈ, ਮਿਹਨਤ ਨਾਲ ਵਰਕ ਕਰ ਰਹੀ ਹੈ, ਜ਼ਮੀਨੀ ਹਕੀਕਤ ਨੂੰ ਬਿਆਨ ਕਰ ਰਹੀ ਹੈ, ਪਲ ਪਲ ਦੀ ਰਿਪੋਰਟ ਤੁਹਾਨੂੰ ਦੇ ਰਹੀ ਹੈ, ਕਰੋਨਾ ਦੀ ਸੱਚਾਈ ਨੂੰ ਲੈ ਕੇ ਜੋ ਵੀ ਅਪਡੇਟਸ ਤੁਹਾਨੂੰ ਦੇ ਰਹੀ ਹੈ ਉਹਨਾਂ ਦਾ ਮੈਂ ਤਹਿ ਦਿਲ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਨੂੰ ਸਲਿਊਟ ਕਰਦਾ ਕਿ ਆਪਣੀ ਜਾਨ ਜੋਖਿਮ 'ਚ ਪਾ ਕੇ ਸਾਨੂੰ ਘਰ ਬੈਠਿਆਂ ਨੂੰ ਕਰੋਨਾ ਬਾਰੇ ਸਾਰੀ ਅਪਡੇਟਸ ਜਿਹੜੀ ਦੇ ਰਹੀ ਹੈ। TV NRI ਦੇ ਜਿੰਨੇ ਵੀ ਜਰਨਲਿਸਟ ਨੇ, ਜਿੰਨੇ ਵੀ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਨੌਜਵਾਨ ਸਾਥੀ ਸਾਡੇ, ਬੜੇ ਦਿਨ ਰਾਤ ਮਿਹਨਤ ਕਰ ਰਹੇ ਨੇ, ਲਗਾਤਾਰ ਕਵਰੇਜ ਕਰ ਰਹੇ ਨੇ ਕਿ ਕਿੱਥੇ ਕਿੱਥੇ ਕਰੋਨਾ ਵਾਇਰਸ ਦੇ ਇਫੈਕਟ ਨੇ ਔਰ ਲੋਕਾਂ ਨੂੰ ਜਿਹੜਾ ਵੱਡੀ ਪੱਧਰ 'ਤੇ ਜਾਗਰੂਕ ਵੀ ਕਰ ਰਹੇ ਨੇ, ਕਿਸ ਤਰ੍ਹਾਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣੀ ਆ, ਕਿਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਇਸ ਕਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨਾ ਗਾ। ਬੜੇ ਅੱਛੇ ਤਰੀਕੇ ਦੇ ਨਾਲ ਡਾਕਟਰਾਂ ਨੂੰ, ਨਰਸਾਂ ਨੂੰ, ਪੈਰਾਮੈਡੀਕਲ ਸਟਾਫ ਨੂੰ, ਫੋਰਥ ਕਲਾਸ ਨੂੰ ਕਿਸ ਤਰ੍ਹਾਂ ਉਹ ਕੰਮ ਕਰ ਰਹੇ ਨੇ, ਉਹਨਾਂ ਦੀਆਂ ਸਮੱਸਿਆਵਾਂ ਵੀ ਉਹ ਜ਼ਾਹਰ ਕਰ ਰਹੇ ਨੇ ਔਰ ਦੱਸ ਰਹੇ ਨੇਗੇ ਕਿ ਕਿਸ ਤਰ੍ਹਾਂ ਉਹ ਜਿਹੜਾ ਹੈਗਾ ਮਨੁੱਖਤਾ ਦੀ ਸੇਵਾ ਕਰ ਰਹੇ ਨੇ। ਮੈਂ ਸਮਝਦਾ TV NRI ਜਿਹੜਾ ਬਹੁਤ ਅੱਛਾ ਯੋਗਦਾਨ ਜਿਹੜਾ ਹੈਗਾ ਇਸ ਸਮੇਂ ਮੀਡੀਆ ਦੀ ਤਰਫੋਂ ਪਾ ਰਿਹਾ ਹੈਗਾ ਔਰ ਲੋਕਾਂ ਨੂੰ ਬਹੁਤ ਵੱਡੀ ਗਿਣਤੀ 'ਚ ਅਵੇਅਰ ਵੀ ਕਰ ਰਿਹਾ ਔਰ ਲੋਕਾਂ ਨੂੰ ਇਸ ਲੜਾਈ ਨਾਲ ਕਿਵੇਂ ਲੜਨਾ ਉਹਦੇ ਬਾਰੇ ਵੀ ਦੱਸ ਰਿਹਾ। ਸੋ ਮੈਂ ਕਾਮਨਾ ਕਰਦਾ ਕਿ ਜਿੰਨੇ ਵੀ ਜਿਹੜੇ ਹੈਗੇ ਨੇਗੇ ਭਾਈਚਾਰਾ NRI TV ਨਾਲ ਜੁੜਿਆ ਹੋਇਆ ਹੈਗਾ, ਚਾਹੇ ਉਹ ਪੱਤਰਕਾਰ ਨੇ ਜਾਂ ਹੋਰ ਨੇ, ਸਾਰਿਆਂ ਦੀ ਮੈਂ ਕਾਮਨਾ ਕਰਦਾ ਕਿ ਸਭ ਦੀ ਜਿਹੜੀ ਸਿਹਤ ਆ ਉਹ ਅੱਛੀ ਹੋਵੇ, ਸਾਰੇ ਜਿਹੜਾ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਜਿਹੜਾ ਹੈਗਾ ਤਾਕਤਵਰ ਹੋਣ। ਮੈਂ ਤਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ NRI TV ਦਾ ਜਿਹੜਾ ਕੋਨੇ ਕੋਨੇ ਦੇ ਵਿੱਚ ਹਰ ਇੱਕ ਖਬਰ ਪਹੁੰਚਾਉਂਦਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ। ਕੋਈ ਅੱਤ ਜ਼ਰੂਰੀ ਤੁਹਾਨੂੰ ਬਹੁਤ ਵੱਡੀ ਮਜਬੂਰੀ ਪੈ ਜਾਂਦੀ ਹੈ ਤਾਂ ਤੁਸੀਂ ਜੇ ਬਾਹਰ ਜਾਣਾ ਹੈ ਤਾਂ ਮਾਸਕ ਪਹਿਨ ਕੇ ਜਾਓ, ਸਿਰ ਦੇ ਉੱਤੇ ਕੱਪੜਾ ਬੰਨ੍ਹ ਕੇ ਜਾਓ, ਆਪਣੇ ਕੱਪੜਿਆਂ ਨੂੰ ਆ ਕੇ ਸਾਫ਼ ਕਰੋ ਔਰ ਬਾਰ ਬਾਰ ਹੱਥ ਧੋਂਦੇ ਰਹੋ, ਸੈਨੇਟਾਈਜ਼ਰ ਕਰੋ, ਮਾਸਕ ਪਾ ਕੇ ਜਿਹੜੇ ਮਾਸਕ ਪਾ ਕੇ ਰਹਿਣ ਔਰ ਹੱਥਾਂ ਨੂੰ ਜਿਹੜਾ ਸੈਨੇਟਾਈਜ਼ ਕੀਤਾ ਜਾਵੇ। ਜੋ ਵੀ ਚੀਜ਼ਾਂ ਤੁਸੀਂ ਸੈਨੇਟਾਈਜ਼ ਕਰ ਸਕਦੇ ਹੋ ਸੈਨੇਟਾਈਜੇਸ਼ਨ ਕਰੋ, ਹੱਥ ਧੋ, ਜਦ ਵੀ ਘਰੋਂ ਬਾਹਰ ਨਿਕਲੋ ਜਾਂ ਕੁਛ ਵੀ ਕੰਮ ਲਈ ਸਮਾਨ ਲਿਆਓ, ਸਮਾਨ ਨੂੰ ਤਰੀਕੇ ਨਾਲ ਧੋ ਤਾਂ ਕਿ ਤੁਹਾਨੂੰ ਉਹ ਵਾਇਰਸ ਬਿਲਕੁਲ ਵੀ ਨਾ ਟੱਚ ਕਰੇ। ਸੋ ਜੇ ਤੁਸੀਂ ਘਰੋਂ ਬਾਹਰ ਵੀ ਨਿਕਲਦੇ ਹੋ ਮਾਸਕ ਅਤੇ ਸੈਨੇਟਾਈਜ਼ਰ ਲੈ ਕੇ ਹੀ ਜਾਣਾ ਔਰ ਗਲਵਸ ਵੀ ਪਾ ਕੇ ਜਾਣਾ। ਇਹ ਹੈਂਡ ਸੈਨੇਟਾਈਜ਼ਰ ਜ਼ਰੂਰ ਇਸਤੇਮਾਲ ਕਰੇ। ਜਿਨ੍ਹਾਂ ਨੇ ਵੀ ਅੱਜ ਤੋਂ ਬਾਅਦ ਨਿਕਲਣਾ, ਬਾਜ਼ਾਰ 'ਚ ਨਿਕਲਣਾ ਹੈ ਜਾਂ ਆਪਣੇ ਘਰ ਤੋਂ ਬਾਹਰ ਨਿਕਲਣਾ, ਉਹ ਮਾਸਕ ਲਗਾ ਕੇ ਰੱਖਣ। ਪਲੀਜ਼ ਸੈਨੇਟਾਈਜ਼ਰ ਯੂਜ਼ ਕੀਜੀਏ, ਇਹ ਬਹੁਤ ਜ਼ਰੂਰੀ ਹੈ ਕਰੋਨਾ ਕੋ ਹਰਾਨੇ ਕੇ ਲਈ। ਆਪਣੇ ਹੱਥ ਸੈਨੇਟਾਈਜ਼ ਕੀਜੀਏ, ਹੱਥ ਵਾਸ਼ ਕੀਜੀਏ ਔਰ ਕਲੀਨ ਰਹੀਏ ਔਰ ਯੋਗ ਕੀਜੀਏ। ਬਾਕੀ ਵੀਰੋ ਤੁਸੀਂ ਸਾਵਧਾਨੀਆਂ ਕਰੋਨਾ ਵਾਇਰਸ ਤੋਂ ਬਚਣ ਵਾਸਤੇ
ਮਤਲਬ ਤੁਸੀਂ ਜਿਹੜਾ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆਪਣੇ ਹੱਥਾਂ ਦੀ ਸਫਾਈ ਰੱਖਣੀ ਆ, ਵਾਰ ਵਾਰ ਮੂੰਹ ਧੋਣਾ ਵਾ। ਜਿਵੇਂ ਕਿ ਤੁਸੀਂ ਇਸ ਗੱਲ ਤੋਂ ਭਲੀ ਭਾਂਤ ਜਾਣੋ ਕਿ ਕੋਰੋਨਾ ਵਾਇਰਸ ਦਿਨ ਬ ਦਿਨ ਆਪਣੇ ਪੈਰ ਪਸਾਰ ਰਿਹਾ ਆ, ਸਾਡੀ ਸਰਕਾਰ, ਕੇਂਦਰ ਸਰਕਾਰ, ਸੂਬਾ ਸਰਕਾਰ ਤੇ ਪ੍ਰਸ਼ਾਸਨ ਮਿਲ ਕੇ ਸਾਨੂੰ ਇਸ ਵਾਇਰਸ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਤਤਪਰ ਨੇ। ਔਰ ਇਸ ਲੜਾਈ ਦੇ ਵਿੱਚ ਜੇਕਰ ਕੋਈ ਅੱਜ ਕਿਸੇ ਨੂੰ ਸੈਲਿਊਟ ਕਰਨ ਨੂੰ ਦਿਲ ਕਰਦਾ ਤੇ ਉਹ ਨੇ ਸਾਡੇ ਮੈਡੀਕਲ ਪੈਰਾਮੈਡੀਕਲ ਸਟਾਫ ਜਿਹੜੇ ਬਿਲਕੁਲ ਫਰੰਟ ਲਾਈਨ ਤੇ ਹੋ ਕੇ ਇਹ ਲੜਾਈ ਲੜ ਰਹੇ ਨੇ। ਮੈਂ ਉਹਨਾਂ ਨੂੰ ਸੈਲਿਊਟ ਕਰਦਾ ਔਰ ਸਾਡੇ ਪੁਲਿਸ ਅਫੀਸ਼ੀਅਲਸ, ਪੁਲਿਸ ਐਡਮਿਨਿਸਟ੍ਰੇਸ਼ਨ, ਸਿਵਲ ਐਡਮਿਨਿਸਟ੍ਰੇਸ਼ਨ, ਸਾਡੇ ICM ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦੇ ਇਤਿਹਾਸਕ ਜ਼ਬਰਦਸਤ ਫੈਸਲੇ ਜਿਹੜੇ ਕਿ ਸਾਨੂੰ ਸਹੀ ਦਿਸ਼ਾ ਦੇ ਦਰਸ਼ਾ ਦੇ ਰਹੇ ਨੇ। ਇੱਥੇ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਚਿੰਤਿਤ ਆ, ਪੂਰੀ ਦੁਨੀਆ ਚਿੰਤਿਤ ਹੈ, ਸਾਡੇ ਲੋਕ ਘਰਾਂ ਦੇ ਵਿੱਚ ਬੈਠੇ ਇਸ ਬਿਮਾਰੀ ਤੋਂ ਜਲਦ ਨਿਜਾਤ ਪਾਉਣ ਦੀ ਸੋਚ ਰਹੇ ਨੇ। ਉੱਥੇ ਸਾਡੇ ਵਿੱਚ ਵੀ ਖਰਾਬ ਜਿਹੜੇ ਸ਼ਾਇਦ ਇਸ ਨੂੰ ਇੱਕ ਮਜ਼ਾਕ ਦੇ ਰੂਪ ਦੇ ਵਿੱਚ ਲੈ ਰਹੇ ਨੇ, ਬਾਜ਼ਾਰ ਦੇ ਵਿੱਚ ਘੁੰਮਣਾ ਔਰ ਪੁਲਿਸ ਨੂੰ ਜਦੋਂ ਕਿਸੇ ਰੋਕਦਾ ਹੈ ਤਾਂ ਉਹਨੂੰ ਬਹਾਨੇ ਕਰਨੇ ਜਾਂ ਉਹਨਾਂ ਦੇ ਗਲ ਪੈਣਾ, ਉਹਨਾਂ ਨਾਲ ਅਭੱਦਰ ਵਿਵਹਾਰ ਕਰਨਾ, ਇਹ ਜਿਹੜਾ ਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸਰਕਾਰ ਦਾ ਪੂਰਾ ਸਾਥ ਦਈਏ ਤਾਂ ਕਿ ਇਸ ਭਿਆਨਕ ਬਿਮਾਰੀ ਤੋਂ ਆਪਾਂ ਬਚ ਸਕੀਏ। ਅਤੇ ਮੈਂ ਤਾਂ ਵੀਰਾਂ ਭਰਾਵਾਂ ਨੂੰ ਇਹੋ ਬੇਨਤੀ ਕਰਦਾ, ਜੇ ਕਰੋਨਾ ਖਿਲਰ ਗਿਆ ਤਾਂ ਆਪਣੇ ਬੱਚੇ ਵੀ ਨਹੀਂ ਆਪਣੇ ਨੂੰ ਸੰਭਾਲੇ ਜਾਣੇ, ਅਤੇ ਆਪਣੇ ਵਾਸਤੇ ਕੋਈ ਕੰਧਾ ਦੇਣ ਵਾਸਤੇ ਨਹੀਂ ਕੋਈ ਆਪਾਂ ਨੂੰ ਮਿਲਣਾ। ਬਾਹਰ ਸਾਡੇ ਪੁਲਿਸ ਵਾਲੇ, ਸਾਡੇ ਡਾਕਟਰ, ਸਾਡੀਆਂ ਸਰਕਾਰਾਂ ਸਾਰੇ ਰਲ ਮਿਲ ਕੇ ਸਾਡੇ ਵਾਸਤੇ ਕੰਮ ਕਰ ਰਹੇ ਨੇ, ਅਤੇ ਸਾਡੇ ਕੋਲ ਨਿੱਕਾ ਜਿਹਾ ਕੰਮ, ਨਿੱਕਾ ਜਿਹਾ ਕਿ ਆਪਾਂ ਆਪਣੇ ਘਰ ਰਹੀ, ਅਤੇ ਆਪਾਂ ਉਹ ਤਾਂ ਕਰ ਸਕਦੇ। A bit of contribution ਹਮ ਸਭ ਕੀ ਤਰਫ ਸੇ ਹੈ ਹਮਾਰੀ ਨੇਸ਼ਨ ਕੋ, ਔਰ ਤੋ ਹਮ ਕੁਛ ਨਹੀਂ ਕਰ ਸਕਤੇ, ਬਟ ਹਮ ਘਰ ਪੇ ਤੋ ਰਹਿ ਸਕਤੇ ਹੈ ਨਾ। ਘਰੇ ਖੁਦ ਨੂੰ ਟਿਕਾ ਲਵੋ, ਦੂਰੀਆਂ ਬਣਾ ਲਵੋ, ਉਸ ਰੱਬ ਨੂੰ ਧਿਆ ਲਵੋ, ਛੇਤੀ ਹਾਰ ਜੂ ਕਰਾਉਣਾ ਏ, ਹਾਰ ਜੂ ਕਰਾਉਣਾ, ਹਾਰ ਜੂ ਕਰਾਉਣਾ ਏ, ਹਾਰ ਜੂ ਕਰਾਉਣਾ, ਸਾਡੇ ਲਈ ਹੀ ਚੰਗਾ ਜਿਹੜਾ ਕੀਤਾ ਲੋਕਡਾਊਨ ਹੈ, ਜਾਣੇ ਨਾ ਬਿਮਾਰੀ ਕਿਹੜਾ ਪੰਦਾ ਕੀਤੇ ਕੌਣ ਹੈ। VIP ਜਾਂ VVIP ਵੀ ਹੋਵੇ, ਕੋਟੀਆਂ ਦੇ ਪਾਏ ਮਾਰ ਜੂ ਕਰਾਉਣਾ, ਘਰੇ ਖੁਦ ਨੂੰ ਟਿਕਾ ਲਵੋ, ਦੂਰੀਆਂ ਬਣਾ ਲਵੋ, ਉਸ ਰੱਬ ਨੂੰ ਧਿਆ ਲਵੋ, ਛੇਤੀ ਹਾਰ ਜੂ ਕਰਾਉਣਾ ਏ, ਹਾਰ ਜੂ ਕਰਾਉਣਾ। ਦੋਸਤੋ ਘਰ ਸੇ ਬਾਹਰ ਨਾ ਨਿਕਲੋ, ਦੋਸਤੋ ਘਰ ਸੇ ਬਾਹਰ ਨਾ ਨਿਕਲੋ, ਘਰ ਮੇ ਰਹਿ ਕਰ ਹੀ ਆਗੇ ਬੜੇਂਗੇ। ਦੋਸਤੋ ਘਰ ਸੇ ਬਾਹਰ ਨਾ ਨਿਕਲੋ, ਘਰ ਮੇ ਰਹਿ ਕਰ ਹੀ ਆਗੇ ਬੜੇਂਗੇ। ਹਾਰ ਜਾਏਗਾ ਹਮ ਸੇ ਕਰੋਨਾ, ਅਰੇ ਹਾਰ ਜਾਏਗਾ ਹਮ ਸੇ ਕਰੋਨਾ, ਗਰ ਅਗਰ ਸਭ ਮਿਲ ਕੇ ਲੜੇਂਗੇ। ਸਾਰੇ ਮਿਲ ਕੇ ਅਗਰ ਕਿਸੇ ਸਰਕਾਰਾਂ ਦਾ ਸਹਿਯੋਗ ਕਰਾਂਗੇ ਤਾਂ ਮੈਂ ਦਾਅਵੇ ਨਾ ਕਰ ਕਹਿ ਸਕਦਾ ਕਿ ਅਸੀਂ ਇਸ ਕਰੋਨਾ ਮਹਾਂਮਾਰੀ ਤੋਂ ਤੇ ਜਿੱਤ ਵੀ ਪ੍ਰਾਪਤ ਕਰਾਂਗੇ ਔਰ ਅੱਗੇ ਆਉਣ ਵਾਲੇ ਭਵਿੱਖ ਦੇ ਲਈ, ਉਜਵਲ ਭਵਿੱਖ ਦੇ ਲਈ ਅਸੀਂ ਕੰਮ ਕਰਾਂਗੇ। ਔਰ ਅਸੀਂ ਅਰਦਾਸ ਕਰਦੇ ਹਾਂ ਕਿ ਬਹੁਤ ਜਲਦ ਇਹ ਦੁਨੀਆ ਔਰ ਸਾਡਾ ਦੇਸ਼ ਇਸ ਵਾਇਰਸ ਤੋਂ ਨਿਜਾਤ ਪਾ ਲਵੇ ਔਰ ਤੇ ਹਾਲਾਤ ਪਹਿਲਾਂ ਦੀ ਤਰ੍ਹਾਂ ਸੁਖਾਵੇਂ ਹੋ ਸਕਣ ਅਤੇ ਅਸੀਂ ਇੱਕ ਦੂਜੇ ਨੂੰ ਮਿਲ ਸਕੀਏ। ਧੰਨਵਾਦ। ਤੇ ਆਪਾਂ ਰਲ ਮਿਲ ਕੇ ਇਕੱਠੇ ਇਸ ਕਰੋਨਾ ਨੂੰ ਹਰਾ ਸਕਦੇ ਹਾਂ। ਵੀ ਵਿਲ ਵਿਨ ਦਿਸ ਵਾਰ ਟੂਗੈਦਰ।